ਅਸੀਂ ਸਕੂਲਾਂ ਨੂੰ ਵੀ ਇਹ ਗੱਲ ਦੀ ਗੱਲ ਕਹੀ ਹੈ ਕਿ ਸਾਨੂੰ ਪੇਰੈਂਟਸ ਨੂੰ ਅਤੇ ਬੱਚਿਆਂ ਨੂੰ ਫਿਕਸ ਨਹੀਂ ਕਰਨਾ ਚਾਹੀਦਾ ਕਿ ਉਹ ਬੱਚੇ ਇੱਕ ਜਗ੍ਹਾ ਦੇ ਉੱਪਰ ਤੋਂ ਹੀ ਆਪਣੀਆਂ ਕਿਤਾਬਾਂ ਜਾਂ ਵਰਦੀਆਂ ਬਾਏ ਕਰਨ, ਕਿਉਂਕਿ ਇਹਦੇ ਨਾਲ ਕਈ ਪੇਰੈਂਟਸ ਇਹ ਫੀਲ ਕਰਦੇ ਸੀ ਕਿ ਸਕੂਲ ਵਾਲਿਆਂ ਦਾ ਕਈ ਦੁਕਾਨਾਂ ਦੇ ਨਾਲ ਆਪਣਾ ਸੰਬੰਧ ਹੁੰਦਾ ਹੈ ਅਤੇ ਸਾਨੂੰ ਸ਼ਾਇਦ ਜ਼ਿਆਦਾ ਪੈਸੇ ਦੇਣੇ ਪੈਂਦੇ ਜੇ ਅਸੀਂ ਵਰਦੀਆਂ ਨੂੰ ਆਪਣੇ ਮਤਲਬ ਦੀਆਂ ਨੂੰ ਚੰਗੇ ਕੱਪੜਾ ਲੈ ਕੇ ਸਟਿਚ ਕਰਾਈਏ ਤਾਂ ਸਾਨੂੰ ਸਸਤੀਆਂ ਪੈ ਸਕਦੀਆਂ। ਵੈਸੇ ਮੈਨੂੰ ਪੂਰੀ ਇਸ ਗੱਲ ਦੀ ਜ਼ਿੰਮੇਵਾਰੀ ਨਾਲ ਮੈਂ ਕਹਿ ਸਕਦਾ ਕਿ ਪ੍ਰਾਈਵੇਟ ਸਕੂਲ ਇਸ ਦੀ ਉਲੰਘਣਾ ਨਹੀਂ ਕਰਨਗੇ, ਔਰ ਜੇ ਕੋਈ ਇਸ ਦੀ ਉਲੰਘਣਾ ਕਰੂਗਾ ਤਾਂ ਦੇਰ ਆਰ ਸੋ ਮੈਨੀ ਪ੍ਰੋਵੀਜ਼ਨਸ ਵਿਦ ਦੀ ਗਵਰਨਮੈਂਟ ਟੂ ਹੈਂਡਲ ਦ ਪ੍ਰਾਈਵੇਟ ਸਕੂਲ। ਮੈਂ ਕਿਹਾ ਕਿ ਯਾਰ ਅਸੀਂ 7 ਦਿਨ ਦੇ ਅੰਦਰ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਕਈ ਸਕੂਲ, ਅਗਰ ਕਿਸੇ ਸਕੂਲ ਦੀ ਵੈਬਸਾਈਟ ਨਹੀਂ ਹੈ ਤਾਂ ਆਪਣੀ ਵੈਬਸਾਈਟ ਕ੍ਰੀਏਟ ਕਰਨ, ਔਰ ਵੈਬਸਾਈਟ ਕ੍ਰੀਏਟ ਕਰਨ ਤੋਂ ਬਾਅਦ ਉਸ ਦੇ ਉੱਪਰ ਅਪਲੋਡ ਕਰਨ, ਬਿਕੋਜ਼ ਹਲੇ ਸਕੂਲਾਂ ਵਿੱਚ ਬੱਚਿਆਂ ਦੀਆਂ ਛੁੱਟੀਆਂ ਚੱਲ ਰਹੀਆਂ। 3 ਈਅਰਸ ਕਾ ਹਮਨੇ ਉਸ ਕੇ ਅੰਦਰ ਟਾਈਮ ਪੀਰੀਅਡ ਦੀ ਹੈ ਕਿ ਜੋ ਵਰਦੀ ਇੱਕ ਵਾਰ ਲਾਗੂ ਹੋ ਗਈ ਹੈ ਉਹ 3 ਸਾਲ ਤੱਕ ਵੈਲਿਡ ਰਹੇਗੀ। ਇਹ ਬਾਤ ਵੀ ਹਮਨੇ ਸਾਥ ਮੇਂ ਕਹੀ ਹੈ, ਇਹ ਉਸੀ ਦਿਨ ਕਹਿ ਦੀ ਥੀ ਜਿਸ ਦਿਨ ਇਸ ਕੋ ਹਮਨੇ ਇੰਪਲੀਮੈਂਟ ਕੀਤਾ।